आजो भाई जी, आ नरम अपना 2 किले। हाँ जी, ये ये भाई चुगना से अपना यार, तो भरावा चुगना वाला है ही नहीं है। भाई वेख लो यार, चुगना वाला क्यों नहीं ये 20 रुपये भी माड़ा है, गलिया रुपये नहीं भाई माड़ा प्या यार देख इधर की चुगा गे यार भैया वेख गलिया यार। प्या यार है भाई तुसी दूजे नालों 2 रुपये भाई वध ले लो यार, भाई, मेरे को आ दिहाड़ी ही नहीं तां भाई पैनी दो यार किले किसी नरम। नू। यार ये तो आप हाँ चुगन का भी कोई हाँ फायदा नहीं इधर ना फायदा ही कोई नहीं। जी, तू आप तो कभी आप तो चुगन का हाँ कोई है तो है नहीं गा। भाई हुण कट्ठा तो मैं करना ही है यार भाई, कट्ठा तो करना ही हैगा यार, ते हम तुसी 4 रुपये वध ले लो भाई यार। नहीं यार सानू पड़ता ही नहीं सानू यार ये, पड़ता नहीं भाई ये यार। चल भाई मर्जी है थोड़ी, चल चला चल गई यार। वाह ए रब्बा, पहला तेले मच्छर ने खा लिया, फिर मीह दी मार पेगी, ते हुण आ गुलाबी सुंडी, कोई नरमा चुगण भी नहीं आउंदा, की करे यार माड़ा किसान, कोई जिंदगी नहीं। ਕਿਵੇਂ ਜਾਗਰਾ ਮਾਰੀਏ ਨਾ ਫੁੱਟੀਆਂ ਨਾਲ ਮੱਥਾ। ਆ ਹੋਰ ਬਾਈ, ਐਤਕੀ ਫੇਰ ਨਰਮਾ ਖਰਾਬ ਹੋ ਗਿਆ, ਨਾ ਸਰਕਾਰਾਂ ਕੁਝ ਕਰਦੀਆਂ, ਤੂੰ ਸੁਣਾ ਅੱਜ ਕਿਵੇਂ ਪੈਦਲ ਹੀ ਤੁਰਿਆ ਆਉਣਾ। ਨਾਲੇ ਪਤਾ ਹੀ ਤੈਨੂੰ ਜਾਗਰਾ, ਮੈਂ ਸ਼ੋਸ਼ੇਬਾਜ਼ੀ ਤੋਂ ਦੂਰ ਰਹਿੰਦਾ, ਬਾਕੀ ਤੁਰ ਕੇ ਨਾਲ ਖੇਤਾਂ ਦੀ ਸੈਰ ਵੀ ਹੋ ਜਾਂਦੀ ਹੈ। ਹੋਰ ਤੂੰ ਸੁਣਾ। ਮੇਰਾ ਹਾਲ ਤਾਂ ਬਾਈ ਤੂੰ ਵੇਖੀ ਜਾਂਦਾ, ਤੂੰ ਸੁਣਾ ਤੇਰੇ ਝੋਨੇ ਦਾ ਕੀ ਹਾਲ। ਝੋਨਾ ਝੋਨਾ ਤਾਂ ਜਾਗਰਾ ਐਤਕੀ 100 ਮਣ ਜੜੂਗਾ, ਮੀਂਹ ਨੇ ਬਣਾ ਤੇ। ਸ਼ੁਕਰਾ ਬਾਈ ਰੱਬ ਦਾ, ਕਿਸੇ ਭਰਾ ਦੇ 4 ਮਣ ਦਾਣੇ ਹੋ ਜਾਣ। ਚੱਲ ਆ ਜਾ। ਉਹ ਜਾਗਰਾ, ਸਰਕਾਰ ਮੁਆਵਜ਼ਾ ਦੇਊਗੀ ਜਿਹੜੇ ਨਰਮੇ ਖਰਾਬ ਹੋਏ ਆ। ਪਟਵਾਰੀ ਆਇਆ ਆਪਣੇ ਪਿੰਡ, ਤੂੰ ਆ 2 ਕਿਲੇ ਨਰਮਾ ਆਪਦਾ ਲਿਖਵਾ ਲਾ। ਮਾੜੇ ਬੰਦੇ ਦਾ ਕਾਹਦਾ ਮੁਆਵਜ਼ਾ ਬਾਈ, ਇਹ ਵੀ ਤਕੜੇ ਲੋਕ ਹੀ ਲੈ ਜਾਂਦੇ ਆ। ਆ ਪਿਛਲੀ ਏਰੀ ਦੀ ਗੱਲ ਸੁਣ ਲਾ, ਜੈਲੇ ਕੇ ਮੰਦਰ ਨੂੰ 14 ਕਿੱਲਿਆਂ ਦਾ ਮੁਆਵਜ਼ਾ ਮਿਲ ਗਿਆ, ਨਾਲੇ ਬਾਈ ਸਾਰੇ 'ਚ ਝੋਨਾ ਸੀ, ਪਰ ਨਰਮੇ ਵਾਲਿਆਂ ਨੂੰ ਕੌਣ ਦਿੰਦਾ ਬਾਈ ਮੁਆਵਜ਼ੇ। ਮਾੜੀ ਗੱਲ ਆ ਜਾਗਰਾ ਲੋਕਾਂ ਦੀ, ਕਿਸੇ ਗਰੀਬ ਦਾ ਹੱਕ ਨਹੀਂ ਖਾਣਾ ਚਾਹੀਦਾ। ਮੈਂ ਤੇਰੇ ਨਾਲ ਚੱਲੂੰਗਾ ਪਟਵਾਰੀ ਕੋਲ, ਆ ਤੇਰੇ 2 ਕਿੱਲੇ ਮੈਂ ਲਿਖਵਾਉਂਗਾ। ਚੰਗਾ ਬਾਈ ਧੰਨਵਾਦ, ਆ ਤੇਰਾ ਜੇ ਲਿਖਾ ਦੇਗਾ। ਚੱਲ ਜਗਰਾ, ਮੈਂ ਵੀ ਝੋਨੇ ਨੂੰ ਹੱਪਰ ਉੱਪਰ ਵੇਖਦਾ, ਵੱਢਣ ਤੇ ਆਇਆ ਪਿਆ, ਫਿਰ ਸਪਰੇ ਕਰਾਉਣੀ ਹੈ, ਤੇ ਤੂੰ ਬਾਹਰ ਫੁੱਟੀਆਂ ਨਾਲ ਮੱਥਾ ਕਰ ਲਾ ਆਪਦਾ ਕੰਮ। ਵਾਹ ਏ ਰੱਬਾ, ਧਰਤੀ 'ਚ ਉੱਗਣ ਵਾਲਾ ਚਿੱਟਾ ਸੋਨਾ ਅੱਜ ਕੌਡੀਆਂ ਹੋ ਗਿਆ, ਲੋਕ ਫੁੱਟੀਆਂ ਕਹਿਣ ਲੱਗ ਗਏ। ਉਹ ਪਟਵਾਰੀ ਸਾਹਿਬ, ਨੁਕਸਾਨ ਤਾਂ ਇੱਥੇ ਸਾਰੇ ਹੀ ਹੋਇਆ ਮੈਨੂੰ ਐਂ ਲੱਗਦਾ, ਤੇ ਆਪਾਂ ਗਰੌਰੀ ਕਿਹੜੇ ਕਿਹੜੇ ਏਰੀਏ ਦੀ ਕਰਨੀ ਆ? ਉਹ ਪਾ ਦੇ ਆ 16 ਵਾਲਾ ਸਾਰਾ ਹੀ ਪਾ ਦੇ। ਬਾਕੀ ਲੀਡਰ ਦਾ ਫੋਨ ਆਇਆ ਸੀ, ਕਿਵੇਂ ਕਰਨਾ ਹਣਾ? ਆ ਪਾ ਦੇ 16 ਮਸਤੀਲ ਸਾਰੀ। ਪਟਵਾਰੀ ਸਾਹਿਬ, ਨਾਲੇ ਇਹ ਤਾਂ ਸਾਰਾ ਏਰੀਆ ਝੋਨੇ ਦਾ। ਉਹ ਪਟਵਾਰੀ ਵੀ ਕੋਈ ਸ਼ੈ ਹੁੰਦਾ, ਬਣਾ ਦਾਂਗੇ ਝੋਨੇ ਤੋਂ ਨਰਮਾ। ਜਿਹੜੀ ਮਸਤੀਲ ਨੰਬਰ ਆ ਪਟਵਾਰੀ ਸਾਹਿਬ ਜੀ? ਇਹ 16 ਮਸਤੀਲ ਸਾਰੀ। ਪਟਵਾਰੀ ਸਾਹਿਬ ਜੀ, ਇੱਥੇ ਮੇਰਾ ਵੀ ਆਈ 2 ਕਿੱਲੇ ਦਾ। ਕੌਣ ਆ ਯਾਰ, 2 ਮਿੰਟ ਰੁਕ, ਤੂੰ ਇੱਧਰ ਕੰਮ ਸਰਕਾਰੀ ਗਲਤ ਕਰਾਏਗਾ ਤੂੰ। ਪਰ ਇੱਥੇ ਤਾਂ ਜੀ ਮੇਰਾ ਹੀ ਆ ਜੀ ਨਰਮਾ, ਇੱਧਰ ਤਾਂ ਸਾਰਾ ਝੋਨਾ। ਉਹ ਤੂੰ ਸਾਡਾ ਲਿਖਤ ਪੜ੍ਹ ਤੇ ਗਲਤ ਕਰਾਏਗਾ, 2 ਮਿੰਟ ਕੌਣ ਆ ਤੂੰ? ਮੈਂ ਜਾਗਰਾਂ ਜੀ। ਇਹ ਪਟਵਾਰੀ ਸਾਹਿਬ ਲਿਖਤਾ ਜੀ ਇੱਧਰ, ਲਿਖਤਾ 16 ਸਾਰਾ ਜੀ, ਹੋ ਗਿਆ ਸਾਰਾ ਕਰਤਾ ਜੀ। ਲਿਖ ਦਿੰਦੇ ਜੀ ਮੇਰਾ, ਇਹਦਾ ਵੀ ਕਰਦੇ ਯਾਰ। ਉਹ ਹਾਂ ਬਾਈ, ਕੀ ਨਾਂ ਤੇਰਾ? ਮੇਰਾ ਨਾਂ ਜਾਗਰ ਹੈ ਜੀ। ਪਾ ਦਿੰਦੇ ਆ। ਖਾਤਾ ਖੂਤਾ ਹੈਗਾ ਕੋਈ ਬੈਂਕ 'ਚ? ਉਹ ਨਾਲੇ ਚੈੱਕ ਚੁੱਕ ਨਹੀਂ ਆਉਂਦੇ ਹੁਣ, ਉਹ ਸਿਸਟਮ ਬੰਦ ਹੋ ਗਿਆ। ਖਾਤਾ ਹੈਗਾ ਕਿਤੇ ਬੈਂਕ 'ਚ? ਖਾਤਾ ਤਾਂ ਹੈਗਾ ਜੀ, ਥੋਤੋਂ ਨੰਬਰ ਲਵਾ ਕੇ ਤਾਂ ਉਦੋਂ ਮੈਂ ਆਹ 2 ਕਿੱਲਿਆਂ ਦੀ ਲਿਮਿਟ ਬਣਾਈ ਹੈ ਜੀ। ਉਹ ਕੋਈ ਨਾ, ਪਾ ਦਾਂਗੇ। ਠੀਕ ਹੈ ਜੀ। ਆ ਪਾਤਾ 20 ਮਿਸਟੀਲ। ਹਾਂਜੀ ਹਾਂਜੀ ਪਾਤਾ ਜੀ, ਇਹ ਤਾਂ ਜੀ ਹੋ ਗਿਆ। ਆਹ ਵੀ ਪਾ ਦੇਣਾ ਸੀ। ਕਿਹੜਾ ਜੀ? ਆ 34-35 ਮਿਸਟੀਲ ਦਾ। ਠੀਕ ਹੈ ਜੀ, ਇਹ ਵੀ ਹੋ ਗਿਆ ਜੀ। ਨੰਬਰ ਤਾਂ ਰਹਿੰਦਾ ਜੀ? ਹਾਂਜੀ ਠੀਕ ਹੈ, ਠੀਕ ਹੈ, ਹੋ ਗਿਆ ਜੀ ਇਹ ਵੀ। ਆ ਹੋ ਗਿਆ ਸਾਰਾ। ਹਾਂਜੀ ਪਟਵਾਰੀ ਸਾਹਿਬ, ਇਹ ਤਾਂ ਹੋ ਗਿਆ ਜੀ। ਠੀਕ ਆ ਪਟਵਾਰੀ ਸਾਹਿਬ। ਰਾਜਾ ਸਿੰਘ ਬਰਾੜ, ਨੰਬਰਦਾਰ ਉਧਰ, ਇਹ ਸਾਰਿਆਂ ਦਾ ਪਾਉਣਾ ਹੈ। ਠੀਕ ਆ ਪਟਵਾਰੀ ਸਾਹਿਬ, ਪਾਤਾ ਜੀ, ਹੋ ਗਿਆ ਇਹ ਤਾਂ। ਆਹ ਬਾਤ ਨਾਲ ਗੱਲ ਹੋ ਗਈ ਸੀ, ਸਾਰਾ ਹੀ ਪਾਉਣਾ। ਠੀਕ ਆ ਪਟਵਾਰੀ ਸਾਹਿਬ, ਹੋ ਗਿਆ ਜੀ ਇਹ ਤਾਂ। ਕੋਈ ਹੋਰ ਤਾਂ ਨਹੀਂ ਰਹਿੰਦਾ? ਸਾਰਿਆਂ ਦਾ ਪਾ ਦੇ ਬਸ, ਜਿਹੜਾ ਡਾਇਰੀ ਤੇ ਲਿਖਿਆ। ਠੀਕ ਆ ਜੀ। ਸਤਿ ਸ਼੍ਰੀ ਅਕਾਲ ਪਟਵਾਰੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਰ। ਹੋਰ ਵੀ ਨਿੱਕੇ? ਵਧੀਆ ਵਧੀਆ ਬਾਈ, ਬੈਠੋ ਬੈਠੋ ਭੁੱਲਾ ਸਾਹਿਬ, ਬੈਠੋ। ਹੋਰ ਸਿਹਤਾਂ ਕਿਵੇਂ ਪਟਵਾਰੀ ਸਾਹਿਬ? ਵਧੀਆ ਜੀ। ਆਪਣਾ ਕੰਮ ਹੋ ਗਿਆ ਸੀ ਨਿੱਕੇ ਕਿ ਨਹੀਂ ਹੋਇਆ ਹਜੇ? ਉਹ ਹੋ ਗਿਆ ਭੁੱਲਰ ਸਾਹਿਬ, ਕਿਉਂ ਟੈਨਸ਼ਨ ਲਈ ਆ? ਇੱਕ ਵਾਰੀ ਮਸਤੀਲਾਂ ਜੀਆਂ ਦਿਖਾ ਦਿੰਦਾ ਮੈਂ, ਲਾ ਕੇ ਲਿਆਇਆ ਘਰੋਂ।
चेक कर ला पुलिस साहब, मैं हुणे चढ़ा के डाई पटवारी साहब ने कहा सी अपने पा दो बंदे ने ना, आ देख लो। ये तो किले दस बन दे है। पांच उधरले भी पाउने ना वो पा देने क्यों पुलिस साहब घबराउने आ वो फेर ही थोनू देऊ मैं कुछ ना कुछ। अच्छा बी दे पा अठ वड़ा छब्बी पा मस्तील दे। लो पुलिस साहब ये भी अपने हो गए। केड़ी मस्तील नंबर ही अठ वड़ा छब्बी। अठ वड़ा छब्बी होर तां नहीं कोई रह गया होना? ना बस हो गया पुलिस साहब। बाकी जी मेरा फोन फान आया ना एक दो बंदे आंदे आ ते तुसी पा दियो कोई ना कर लांगे देना लेना। और पुलर साहब चाह पानी मंगाई गई? नहीं पटवारी साहब चाह पानी का केड़ा टाइम है, हुण तां शाम वाली पार्टी करांगे बैठ के। बस तुसी आ कम कराओ मेरा कम हो जाऊ कम। आपां बैठने हैं चलो मिलते हैं फिर आपां। ठीक है जी ओके निके। ठीक है भाई। सत श्री अकाल पटवारी साहब जी। सत श्री अकाल जी। मैनू जी 2000 रुपये का चेक ही आया जी, नरमा मेरे को 2 किले। ਉਹ ਜਾਗਰਾ ਪਤਾ ਗਰਦੌਰੀ ਕਿੰਨੀ ਹੈ ਤੇਰੇ ਨਾਂ? 2 ਕਨਾਲਾਂ ਹੀ ਆ ਤੇਰੇ ਨਾਂ, ਬਾਕੀ ਤੇਰੇ ਤਾਏ ਚਾਚਿਆਂ ਦੇ ਨਾਂ ਪਈ ਹੈ ਗਰਦੌਰੀ। ਨਹੀਂ ਫਿਰ ਸਾਨੂੰ ਚੈੱਕ ਤਾਂ ਹੋਣਾ ਚਾਹੀਦਾ ਸੀ ਸਰ। ਇਹ ਸਿਸਟਮ ਆਨਲਾਈਨ ਹੈ, ਇਹ ਕੋਈ ਅਸੀਂ ਤਾਂ ਪਾ ਨਹੀਂ ਦੇਣੇ ਪੈਸੇ, ਇਹ ਸਰਕਾਰਾਂ ਦਾ ਕੰਮ ਹੁੰਦਾ, ਜਿਹਦੇ ਨਾਲ ਜਿੰਨੀ ਗਰਦੌਰੀ ਹੈ ਉਨੇ ਪੈਸੇ ਪੈਣਗੇ ਜੀ। ਉਹਨਾਂ ਕੋਲ ਤਾਂ ਸਾਰਾ ਝੋਨਾ ਸੀ, ਉਹਨਾਂ ਨੇ ਹੁਣ ਮੈਨੂੰ ਕਿੱਥੋਂ ਚੈੱਕ ਦੇਣਾ ਜੀ? ਤੁਸੀਂ ਕਰੋ ਜੀ ਕੋਈ ਹੱਲ। ਇਹ ਤੁਸੀਂ ਘਰੇ ਆਪਦਾ ਨਿਬੇੜੋ ਨਾ ਬਹਿ ਕੇ, ਸਾਂਝਾ ਖਾਤਾ ਪਿਆ ਤੁਹਾਡਾ। ਨਹੀਂ ਪਟਵਾਰੀ ਸਾਹਿਬ ਸਾਡਾ ਫਿਰ ਹੱਲ ਕੀ ਹੋਊਗਾ ਜੀ? ਇਹ ਹੱਲ ਤੁਹਾਡਾ, ਉਹਨਾਂ ਨਾਲ ਗੱਲ ਕਰ ਤੇ ਤਾਏ ਚਾਚਾ ਨਾਲ ਗਰਦੌਰੀਆਂ ਡੋਟੀ ਕਰਾਓ ਆਪਣੀਆਂ ਜੀ। ਸਾਡੇ ਪਿੰਡ ਝੋਨੇ ਵਾਲਿਆਂ ਨੂੰ ਵੀ ਬਹੁਤ ਪੈਸੇ ਆਏ ਜੀ, ਉਹ ਬਰਾੜਾ ਨੂੰ ਵੀ ਆਏ ਪਏ ਆ, ਉਹ ਲੰਬੜਦਾਰ ਭੁੱਲਰ ਵੀ 70-70 ਹਜ਼ਾਰ ਦੇ ਚੈੱਕ ਲਈ ਬੈਠੇ ਜੀ। ਉਹਨਾਂ ਕੋਲ ਤਾਂ ਸਾਰਾ ਝੋਨਾ ਸੀ ਅਤੇ ਨਰਮੇ ਵਾਲੇ ਅਸੀਂ ਉਵੇਂ ਬੈਠੇ ਹਾਂ, ਉਹਨਾਂ ਨੂੰ ਕਿਵੇਂ ਆ ਗਏ ਸਾਨੂੰ ਨਹੀਂ ਪਤਾ। ਸਰਕਾਰਾਂ ਨੇ ਜਿੰਨੇ ਪਾਉਣੇ ਸੀ ਉਹ ਤਾਂ ਪਾ ਤੇ ਪੈਸੇ, ਅਤੇ ਸਾਨੂੰ ਹੋਰ ਵੀ ਬਥੇਰੇ ਕੰਮ ਹੈ। ਗੈਟ ਆਊਟ ਬਾਹਰ ਚੱਲ। ਚੰਗਾ ਜੀ। ਬੜਾ ਯਾਰ ਇਹਦਾ ਪਰਿਵਾਰੀ ਦਾ ਵੀ ਕੋਈ ਹੱਲ ਕਰਨਾ ਪਊ, ਲੱਗਦਾ ਵਿਜੀਲੈਂਸ ਵਾਲੇ ਨੂੰ ਫੋਨ ਕਰਕੇ ਨਾ ਇਹਦਾ ਤਾਂ ਕੰਮ ਕਰਾਉਣਾ ਪਊ, ਬੜਾ ਗਲਤ ਕਰਿਆ ਕੰਮ। ਹੈਲੋ ਸਰ। ਪਟਵਾਰੀ ਸਾਹਿਬ ਇਹ ਕਰਨ ਲੱਗੇ ਹੋ? ਪਟਵਾਰੀ ਸਾਹਿਬ ਪੈਸੇ ਲੈ ਗਲਤ ਕੰਮ ਕਰ ਰਹੇ ਹੋ? ਮੇਰੇ ਨੀ, ਮੇਰੇ ਨੀ, ਮੇਰੇ ਨੀ, ਮੇਰੇ ਨੀ। ਤੁਸੀਂ ਗਲਤ ਕੰਮ ਕਰ ਰਹੇ ਹੋ, ਪੈਸੇ ਲੈ ਕੇ ਮੇਰੇ ਨੀ, ਮੇਰੇ ਨੀ, ਮੇਰੇ ਨੀ, ਮੈਨੂੰ ਨੀ ਪਤਾ ਕਿਵੇਂ ਆਏ। ਬਿਠਾਓ ਇਹਨਾਂ ਨੂੰ ਗੱਡੀ ਚ। ਮੇਰੇ ਨੀ, ਮੈਨੂੰ ਨੀ ਪਤਾ ਕਿਵੇਂ ਆਏ। ਚਲੋ ਗੱਡੀ ਚ ਆ ਜਾਓ। ਕੀ ਹਾਲ ਆ ਜਗਰਾ? ਆ ਗਿਆ ਨਰਮੇ ਦਾ ਚੈੱਕ ਚੁੱਕ ਤੇਰਾ? ਸਾਨੂੰ ਬਈ ਚੈੱਕ ਕਿੱਥੇ, ਚੈੱਕ ਤਾਂ ਉਹੀ ਲੈ ਗਏ ਜਿਨ੍ਹਾਂ ਕੋਲੇ ਝੋਨੇ ਸੀ। ਮਾੜੀ ਗੱਲ ਹੈ। ਹਾਂ ਬਾਈ, ਨਾਲੇ ਤਾਂ ਲੋਕ ਰੋਜ਼ ਗੁਰੂ ਘਰ ਜਾਂਦੇ ਆ ਤੇ ਨਾਲੇ ਵੇਖ ਲਾ ਗਰੀਬਾਂ ਦਾ ਹੱਕ ਖਾ ਜਾਂਦੇ ਆ। ਇਹਨਾਂ ਲੋਕਾਂ ਨੂੰ ਵੇਖ ਕੇ ਲੋਕ ਕਹਿ ਦਿੰਦੇ ਆ ਰੱਜੇ ਪੁੱਜੇ ਨਾਲ। ਗੱਲ ਤਾਂ ਯਾਰ ਜਾਗਰ ਸੱਚੀ ਕਹਿ ਗਿਆ, ਗਰੀਬਾਂ ਦਾ ਹੱਕ ਨਹੀਂ ਖਾਣਾ ਚਾਹੀਦਾ।